اعوذ باللہ من الشیطان الرجیم بسم اللہ الرحمن الرحیم میرے انتہائی قابل احترام بزرگوں بھائیوں ماؤں بہنوں میں تو گزارش کرنا چاہنا کہ کل رات کہہ بھی ویلے تقریباً 2 لاکھ کیوسک پانی اپنے لودراں دی حدود وچ داخل تھی ویسے اور اگلے 3-4 جاڑے اپنے کول ہو سی ਇਹ ਬਾਬਤ ਗੁਜ਼ਾਰਿਸ਼ ਇਹ ਹੈ ਕਿ ਇੰਤਜ਼ਾਮੀਆ ਨੇ ਆਪਦੇ ਤੌਰ ਤੇ ਮੁਕੰਮਲ ਤਿਆਰੀ ਕੀਤੀ ਹੋਈ ਹੈ ਤਕਰੀਬਨ ਤਹਿਸੀਲ ਕੈਰੋੜ ਪੱਕਾ ਔਰ ਤਹਿਸੀਲ ਲੋਧਰਾਂ ਚ 12-12 ਕੈਂਪਸ ਕਾਇਮ ਕਰ ਦਿੱਤੇ ਗਏ ਹਨ ਜਿੱਥੇ ਤਕਰੀਬਨ 11,000 ਬੰਦਿਆਂ ਦੇ ਰਾਵਣ ਦਾ ਉਨ੍ਹਾਂ ਦੇ ਖਾਵਣ ਦਾ ਉਨ੍ਹਾਂ ਦੇ ਮੈਡੀਕਲ ਦਾ ਹਰ ਚੀਜ਼ ਦਾ ਇੰਤਜ਼ਾਮ ਕਰ ਦਿੱਤਾ ਗਿਆ ਮੇਰੇ ਨੋਟਿਸ ਚ ਇਹ ਗੱਲ ਆਈ ਹੈ ਕਿ ਕਾਫੀ ਲੋਕ ਜਿਹੜੇ ਹਨ ਉਹ ਇਲਾਕਾ ਨਹੀਂ ਛੋੜਦੇ ਪਏ ਮੇਰੀ ਤੁਹਾਡੇ ਨਾਲ ਇਲਤਮਾਸ ਹੈ ਕਿ ਨਾ ਤੁਹਾਨੂੰ ਕਦਾਂ ਪਹਿਲੇ ਕੱਲਾ ਛੋੜੇ ਤੇ ਨਾ ਹੁਣ ਕੱਲਾ ਛੋੜੇ ਸੋ ਤੁਹਾਡਾ ਜੋ ਵੀ ਫਸਲਾਂ ਦਾ ਨੁਕਸਾਨ ਹੋ ਸੀ ਇਹਦਾ ਪ੍ਰੋਪਰ ਐਸਟੀਮੇਸ਼ਨ ਥੀ ਸੀ ਪ੍ਰੋਪਰ ਇਹਦਾ ਸਰਵੇ ਥੀ ਸੀ ਜਿਹੜਾ ਕਿ ਤੁਹਾਨੂੰ ਇਤਮਾਦ ਚ ਗਿਣਤੇ ਕੀਤਾ ਹੋਇਆ ਸੀ ਔਰ ਗਵਰਨਮੈਂਟ ਤੁਹਾਡੇ ਟੈਕਸ ਵੀ ਮਾਫ਼ ਕਰੇ ਸੀ ਔਰ ਜਿਤਨਾ ਤੁਹਾਡਾ ਫਸਲ ਦਾ ਨੁਕਸਾਨ ਹੋ ਸੀ ਇਨਸ਼ਾਅੱਲਾ ਉਹ ਵੀ ਪੂਰੀ ਕੋਸ਼ਿਸ਼ ਕਰੇ ਸੂ ਕਿ ਤੁਹਾਨੂੰ ਉਹਦਾ ਮੁਕੰਮਲ ਕੰਪਨਸੇਸ਼ਨ ਦਿੱਤੀ ਵਣੇ ਹਿੰਗਾਲੂ ਇਹ ਟਾਈਮ ਆਪਦੇ ਜਾਨ ਦੀ ਪਰਵਾਹ ਕਰੋ ਮਾਲ ਦੀ ਪਰਵਾਹ ਕਰੋ ਆਪਦੇ ਮਾਲ ਨੂੰ ਵੀ ਸੇਫ ਜਗ੍ਹਾ ਤੇ ਗਿਣ ਵਜੋ ਔਰ ਆਪ ਵੀ ਪਾਣੀ 30 ਤੋਂ 35 ਸਾਲ ਪਹਿਲੇ ਇਤਨਾ ਜ਼ਿਆਦਾ ਪਾਣੀ ਆਇਆ ਹੈ ਹੁਣ ਉਹ ਪਾਣੀ ਆਸੀ ਤਾਂ ਉਹ ਕਿਆ ਕਰੇ ਸੀ ਸਾਡੇ ਦਰਿਆਵਾਂ ਦੇ ਬੈੱਡ ਵੀ ਛੋਟੇ ਥੀ ਚੁੱਕੇ ਨੇ ਬਹੁਤ ਜ਼ਿਆਦਾ ਸਤਲੁਜ ਪਾਣੀ ਬੜੇ ਅਰਸੇ ਬਾਅਦ ਆਉਂਦਾ ਪੀਏ ਹੀ ਵਜ੍ਹਾ ਤੋਂ ਲੋਕ ਇਹਦੇ ਚ ਕਾਫੀ ਹੱਦ ਤੱਕ ਆਬਾਦ ਵੀ ਦੇ ਚੁੱਕੇ ਉਹ ਕਿਆ ਅੱਗਾਂ ਕਰੇ ਸੀ ਇਹ ਤਾਂ ਵਕਤ ਦੱਸੇ ਸੀ ਲੇਕਿਨ ਖੁਦਾ ਰਾ ਕੋਈ ਵੀ ਐਸਾ ਰਿਸਕ ਨਾ ਗਿਨੋ ਅੱਲਾ ਦੇ ਬਾਅਦ ਜ਼ਿੰਮੇਵਾਰੀ ਚਾਹੁੰਦੇ ਹੈ ਕਿ ਤੁਹਾਡੀ ਫਸਲਾਂ ਦਾ ਨੁਕਸਾਨ ਦਾ ਵੀ ਅਜ਼ਾਲਾ ਥੀ ਸੀ ਔਰ ਤੁਹਾਡੇ ਜਿਹੜੇ ਟੈਕਸਿਸ ਹਨ ਗਵਰਨਮੈਂਟ ਦੇ ਉਹ ਵੀ ਮਾਫ਼ ਥੀ ਸਨ ਮਿਹਰਬਾਨੀ ਕਰੋ ਇਲਾਕੇ ਨੂੰ ਫੌਰੀ ਤੌਰ ਤੇ ਫਾਰਿਗ ਕਰੋ ਇਹਨਾਂ ਕੈਂਪਸ ਚ ਵਜੋ ਰਿਸ਼ਤੇਦਾਰਾਂ ਦੇ ਘਰ ਵਜੋ ਕਹਿ ਸ਼ਹਿਰ ਦੀ ਕੋਈ ਕਮੀ ਨਾ ਹੋ ਸੀ ਮੈਂ ਵੀ ਇਨਸ਼ਾਅੱਲਾ ਕੱਲ ਦੇ ਬਾਅਦ ਤੁਹਾਡੇ ਨਾਲ ਹਰ ਕੈਂਪ ਚ ਮੌਜੂਦ ਹੋ ਸਾਂ ਔਰ ਕਹਿਣ ਕੋ ਵੀ ਕਹਿ ਕਿਸਮ ਦੀ ਤਕਲੀਫ ਆਉਂਦੀ ਪਈ ਹੈ ਉਹਦੇ ਚ ਇਨਸ਼ਾਅੱਲਾ ਉਹਦਾ ਪੂਰੀ ਮਦਦ ਕਰੇ ਸੋ ਮੇਰੀ ਸਿਰਫ ਤੁਹਾਡੇ ਨਾਲ ਇਹ ਇਲਤਜਾ ਹੈ ਕਿ ਇੰਤਜ਼ਾਮੀਆ ਨਾਲ ਤੁਸੀਂ ਭਰਪੂਰ ਤਾਵਨ ਕਰੋ ਉਹ ਆਉਂਦੇ ਨੇ ਘਰ ਖਾਲੀ ਕਰਵਾਉਂਦੇ ਨੇ ਵੱਲ ਮੈਂ ਸੁਣਨ ਚ ਆਏ ਵੱਲ ਲੋਕ ਦੁਬਾਰਾ ਪਹੁੰਚਵਾਉਂਦੇ ਨੇ ਉੱਥੇ ਖੁਦਾ ਰਾ ਕੋਈ ਵੀ ਜਾਨੀ ਜਾਂ ਸਾਡੇ ਜਾਨਵਰ ਮਾਲ ਦਾ ਨੁਕਸਾਨ ਨਹੀਂ ਥੀਵਣਾ ਚਾਹੀਦਾ ਅਮਲਾਕ ਔਰ ਫਸਲ ਦਾ ਮੈਂ ਬਾਰ ਬਾਰ ਆਦਾ ਪੀਆਂ ਕਿ ਉਹਦਾ ਅਜ਼ਾਲਾ ਕਰਵਾਉਣ ਸਾਡਾ ਫਰਜ਼ ਹੈ ਔਰ ਇਨਸ਼ਾਅੱਲਾ ਉਹ ਜਿਹਦਾ ਜਿਤਨਾ ਨੁਕਸਾਨ ਹੋ ਸੀ ਉਹ ਪੂਰਾ ਥੀ ਸੀ ਅੱਲਾ ਤਾਲਾ ਤੁਹਾਡਾ ਸਾਡਾ ਸਾਰਿਆਂ ਦਾ ਹਾਮੀ ਓ ਨਾਸਿਰ ਹੋਵੇ ਔਰ ਇਹ ਮੁਸ਼ਕਿਲ ਵਕਤ ਚ ਅਸਾਂ ਆਪਦੇ ਤਹਿਸੀਲ ਲੋਧਰਾਂ ਔਰ ਕੈਰੋੜ ਪੱਕਾ ਦੇ ਜਿਹੜੇ ਦੋਸਤ ਇਫੈਕਟ ਥੀ ਸਨ ਉਹਨਾਂ ਦੇ ਨਾਲ ਖੜੇ ਵੀ ਹੈ ਔਰ ਖੜੇ ਰਾਸੂ ਔਰ ਆਖਰੀ ਵੇਲੇ ਤੱਕ ਜਿਹੜੇ ਵੇਲੇ ਤੱਕ ਤੁਹਾਡਾ ਨੁਕਸਾਨ ਪੂਰਾ ਨਾ ਥੀ ਸੀ ਹੁਣ ਵੇਲੇ ਤੱਕ ਭਾਰਾ ਦੇਸੂ।